ਹੈਲੋ ਗਾਈਸ, ਵੈਲਕਮ ਬੈਕ ਟੂ ਅਵਰ YouTube ਚੈਨਲ ਜਿਹਦਾ ਨਾਮ ਹੈ ਮਿਸਟਰ ਮਿਸਿਸ ਸੁਲਾਰੀਆ। ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ, ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਅਤੇ ਚੜ੍ਹਦੀ ਕਲਾ 'ਚ ਹੋਵੋਗੇ। ਅੱਜ ਦਾ ਵਲੋਗ ਨਹੀਂ, ਕੁਛ ਗੱਲਾਂ, ਅਤੇ ਉਹ ਗੱਲਾਂ ਸ਼ੇਅਰ ਕਰਨੀਆਂ ਕਿਉਂਕਿ ਮੇਰੇ ਦਿਲ ਦੇ ਵਿੱਚ ਗੱਲਾਂ ਸੀਗੀਆਂ ਅਤੇ ਜੋ ਅੱਜ ਕੱਲ੍ਹ ਚੱਲ ਰਿਹਾ ਮਾਹੌਲ ਨਾ। ਬਾਕੀ ਆਪਾਂ ਇੰਨੇ ਸਿਆਣੇ ਨਹੀਂ ਉਮਰ ਦੇ ਹਿਸਾਬ ਨਾਲ, ਤਜੁਰਬੇ ਦੇ ਹਿਸਾਬ ਨਾਲ, ਮਤਲਬ ਉਮਰ ਛੋਟੀ ਆ ਪਰ ਤਜੁਰਬਾ ਬਹੁਤ ਜ਼ਿਆਦਾ ਆਪਾਂ ਨੂੰ ਆ ਗਿਆ ਹੋਇਆ, ਮਤਲਬ ਦੁਨੀਆਦਾਰੀ ਵੇਖੀ ਆ ਨਾ। ਅਤੇ ਗੱਲਾਂ ਇੱਦਾਂ ਵੀ ਅੱਜ ਕੱਲ੍ਹ ਜਿਵੇਂ ਤੁਹਾਨੂੰ ਪਤਾ ਹੀ ਆ, ਰਿਲੇਸ਼ਨਸ਼ਿਪ 'ਚ ਹਰ ਇੱਕ ਨੂੰ ਰਾਈਟ ਆ ਨਾ। ਚਲੋ ਆਪਾਂ ਕਿਸੇ ਨੂੰ ਨਹੀਂ ਰੋਕ ਸਕਦੇ ਕਿ ਕਿਸੇ ਨੇ ਕਿਹਦੇ ਨਾਲ ਰਿਲੇਸ਼ਨਸ਼ਿਪ 'ਚ ਹੋਣਾ ਕਿਹਦੇ ਨਾਲ ਨਹੀਂ ਹੋਣਾ, ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਅੱਜ ਕੱਲ੍ਹ ਟਰੈਂਡ ਜਿਹਾ ਚੱਲਦਾ ਪਿਆ। ਮੈਨੂੰ ਨਹੀਂ ਪਤਾ ਟਰੈਂਡ ਜਾਂ ਕੀ ਆ ਨਾ, ਅਤੇ ਮਤਲਬ ਅੱਜ ਦੀ ਰੇਟ ਦੇ ਵਿੱਚ ਨਾ ਜਦੋਂ ਤੱਕ ਮੈਨੂੰ ਲੱਗਦਾ ਪੈਸਾ ਸਭ ਕੁਛ ਹੋ ਗਿਆ ਲੋਕਾਂ ਲਈ, ਹੈ ਨਾ। ਪੈਸਾ ਸਭ ਕੁਛ, ਮਤਲਬ ਪੈਸਾ, ਚਲੋ ਮੰਨਿਆ ਵੀ ਪੈਸਾ ਬਹੁਤ ਜ਼ਰੂਰੀ ਆ ਲਾਈਫ 'ਚ, ਪਰ ਯਾਰ ਆਪਣੀ ਇੱਜ਼ਤ ਤੋਂ ਵੱਧ ਕੇ ਤਾਂ ਨਹੀਂ ਪੈਸਾ, ਹੈ ਨਾ। ਆਪਣੀ ਲਾਈਫ 'ਚ ਇੱਜ਼ਤ ਪਹਿਲਾਂ। ਮੈਂ ਬਹੁਤਾ ਸਿਆਣਾ ਨਹੀਂ, ਜੋ ਮੈਂ ਦੁਨੀਆ 'ਚ ਵੇਖਿਆ, ਜੋ ਹੈ ਨਾ, ਜੋ ਸਾਨੂੰ ਸਾਡੇ ਮਾਂ ਪਿਓ ਨੇ ਸਿਖਾਇਆ, ਜਿੱਥੇ ਤੱਕ ਦੀ ਨੌਲੇਜ ਆ ਵੀ ਪੈਸਾ ਬਹੁਤ ਕੁਛ ਆ ਪਰ ਪੈਸਾ ਬਹੁਤ ਕੁਛ ਵੀ ਨਹੀਂ ਆ, ਇੱਜ਼ਤ ਤੋਂ ਵੱਧ ਕੇ ਪੈਸਾ ਨਹੀਂ ਹੈਗਾ। ਅਤੇ ਮੈਂ ਕਿਸੇ 'ਤੇ ਕੋਈ ਵੀਡੀਓ ਕੋਈ ਨਹੀਂ ਪਾ ਰਿਹਾ, ਜੋ ਮੈਂ ਮੇਰੇ ਦਿਲ ਦੀ ਗੱਲਾਂ ਆਪਾਂ ਕਹਿ ਦੇਣੀ ਆ ਕਿਉਂਕਿ ਆਪਾਂ ਕਹਿ ਦਿੰਦੇ ਹੁੰਦੇ ਹਾਂ। ਜਿਵੇਂ ਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਰਿਲੇਸ਼ਨਸ਼ਿਪ 'ਚ ਲੋਕ ਆਉਂਦੇ ਆ, ਕੁਛ ਟਾਈਮ ਨਾਲ ਰਹਿੰਦੇ ਆ ਅਤੇ ਫਿਰ ਉਹ ਅਲੱਗ ਅਲੱਗ ਹੋ ਜਾਂਦੇ ਆ, ਹੈ ਨਾ। ਚਲੋ ਇੱਦਾਂ ਤਾਂ ਲੜਾਈਆਂ ਲੜੂਈਆਂ ਸਭ 'ਚ ਹੁੰਦੀਆਂ ਵਾ, ਪਰ ਸਾਡੀ ਮੈਰਿਜ ਵੀ ਮਤਲਬ ਛੋਟੀ ਏਜ 'ਚ ਹੋਈ ਆ, ਹੈ ਨਾ। ਅਤੇ ਪਰ ਸਾਨੂੰ ਇੰਨੀ ਕੁ ਸਮਝ ਹੈਗੀ ਆ ਕਿ ਮਤਲਬ ਕਿ ਇਹ ਥੋੜ੍ਹੀ ਵੀ ਯਾਰ ਲੜਾਈ ਹੋਈ ਅਤੇ ਆਪਾਂ ਛੱਡ ਕੇ ਚਲ ਜਾਈਏ ਕਿਸੇ ਨੂੰ ਵੀ, ਹੈ ਨਾ। ਚਲੋ ਬਹੁਤ ਕੁਛ ਹੁੰਦਾ, ਮੈਂ ਹਸਬੈਂਡ ਵਾਈਫ 'ਚ ਵੀ ਲੜਾਈਆਂ ਝਗੜੇ ਹੁੰਦੇ, ਹੁਣ ਸਾਰੀਆਂ ਨਿੱਕੀਆਂ ਨਿੱਕੀਆਂ ਗੱਲਾਂ ਆਪਾਂ ਇੰਟਰਨੈਟ 'ਤੇ ਨਹੀਂ ਪਾ ਸਕਦੇ, ਵਲੋਗ 'ਚ ਨਹੀਂ ਸ਼ੋਅ ਕਰ ਸਕਦੇ ਹਾਂ। ਆਪਣੀ ਫੈਮਿਲੀ ਆ ਵਧੀਆ, ਹੁਣ ਅਸੀਂ ਇੱਥੇ UK 'ਚ ਆਏ ਹਾਂ, ਅਸੀਂ ਕਿੰਨਾ ਕੁਛ ਫੇਸ ਕੀਤਾ, ਹੈ ਨਾ, ਬਹੁਤ ਕੁਛ ਹਲੇ ਹੁਣ ਤੱਕ ਵੀ ਕਰ ਰਹੇ ਹਾਂ, ਪਰ ਜਿਹੜੀਆਂ ਚੀਜ਼ਾਂ ਪਾਉਣ ਵਾਲੀਆਂ ਦਿਖਾਉਣ ਵਾਲੀਆਂ ਅਸੀਂ ਉਹ ਪਾ ਦਿੰਦੇ ਹਾਂ, ਇੰਜੋਏਮੈਂਟ ਕਿਤੇ ਘੁੰਮਣ ਗਏ, ਹੈ ਨਾ। ਹੁਣ ਹਰ ਇੱਕ ਚੀਜ਼ ਅਸੀਂ ਪਾਉਣ ਲੱਗ ਜਾਈਏ ਵੀ ਸਿੰਪੈਥੀ ਜੀ ਲੈਣ ਲੱਗ ਜਾਈਏ, ਹੈ ਨਾ। ਮਿਹਨਤ ਤਾਂ ਇੱਥੇ ਹਰ ਇੱਕ ਬਾਹਰਲੇ ਮੁਲਕਾਂ 'ਚ ਜਿਹੜੇ ਵੀ ਆਏ ਆ ਜਾਂ ਇੰਡੀਆ 'ਚ, ਮਿਹਨਤ ਕਰਕੇ ਹੀ ਖਾਣੀ ਪੈਣੀ ਆ ਆਪਾਂ ਨੂੰ। ਇਹ ਪਲੇਟਫਾਰਮ ਅਲੱਗ ਚੀਜ਼ ਆ ਨਾ, ਜਿਹਦਾ ਜਿੱਥੋਂ ਲੋਟ ਆਉਂਦਾ ਅਗਲਾ ਉੱਥੇ ਸਹੀ ਆ ਅਤੇ ਵਧੀਆ ਗੱਲ ਵੀ ਆ। ਪਰ ਮੈਂ ਇਹ ਕੁੜੀਆਂ ਨੂੰ ਖਾਸ ਕਰਕੇ ਕਹਿਣਾ ਚਾਹੁੰਦਾ ਵੀ ਚਲੋ ਮੁੰਡਿਆਂ ਦਾ ਚੱਲ ਪੈਂਦਾ, ਕੁੜੀਆਂ ਦਾ ਔਖਾ ਹੁੰਦਾ। ਦੇਖੋ ਅਸੀਂ ਪਹਿਲਾਂ ਕਿਸੇ ਨਾਲ ਰਿਲੇਸ਼ਨ 'ਚ ਰਹਿੰਦੇ ਹਾਂ, ਫਿਰ ਅਸੀਂ ਕੀ ਕਹਿੰਦੇ ਇੰਸਟਾਗ੍ਰਾਮ 'ਤੇ ਵੀਡੀਓ ਵੀ ਪੋਸਟ ਪਾਉਂਦੇ ਹਾਂ, ਠੀਕ ਆ, ਅਤੇ ਮਿਲਦੇ ਵਰਤਦੇ ਹਾਂ, ਘਰ ਵੀ ਜਾਂਦੇ ਹਾਂ ਇੱਕ ਦੂਜੇ ਦੇ, ਅਤੇ ਉਸ ਤੋਂ ਬਾਅਦ ਫਿਰ ਅਸੀਂ ਅਲੱਗ ਹੋ ਜਾਂਦੇ ਹਾਂ। ਅਤੇ ਯਾਰ ਇੱਦਾਂ ਕੁੜੀ ਦੀ ਫੈਮਿਲੀ 'ਚ ਬਹੁਤ ਜ਼ਿਆਦਾ ਇਫੈਕਟ ਪੈਂਦਾ। ਮੈਂ ਨਹੀਂ ਕਹਿੰਦਾ ਵੀ ਕੁੜੀ ਗਲਤ ਜਾਂ ਮੁੰਡਾ ਗਲਤ ਆ, ਪਰ ਇੱਦਾਂ ਨਹੀਂ ਕਰਨਾ ਜਦੋਂ ਤੱਕ ਮੈਨੂੰ ਆ ਵੀ ਜੇ ਤੁਸੀਂ ਲਾਉਣੀ ਜਿਹਦੇ ਨਾਲ ਫਿਰ ਤੁਸੀਂ ਨਿਭਾਓ, ਜੇ ਤੁਸੀਂ ਨਿਭਾ ਸਕਦੇ ਹੋ ਫਿਰ ਤੁਸੀਂ ਲਾਓ। ਇਹ ਆ ਆਪਣਾ ਕਿ ਜੇ ਤਾਂ ਕੁੜੀ ਨਾਲ ਤੁਸੀਂ ਵਿਆਹ ਕਰਾ ਸਕਦੇ ਹੋ, ਨਿਭਾ ਸਕਦੇ ਹੋ ਵੀ ਪਤਾ ਕਿ ਅਸੀਂ ਲੌਂਗ ਟਾਈਮ ਚੱਲਣਾ, ਪੂਰੀ ਲਾਈਫ ਆਪਾਂ ਚੱਲਣੀ ਆ, ਫਿਰ ਤੁਸੀਂ ਇੱਕ ਦੂਜੇ ਰਿਲੇਸ਼ਨ 'ਚ ਆਓ, ਠੀਕ ਆ, ਰਵੋ, ਆਪਦੇ ਘਰ ਦੇ ਮਨਾਓ, ਆਪਣੇ ਘਰ ਦੇ ਰਾਜ਼ੀ ਕਰੋ। ਜੇ ਨਹੀਂ ਹੁੰਦੇ ਤਾਂ ਦੈਟਸ ਇਟ, ਕੋਈ ਕਿਸੇ ਬਿਨਾਂ ਨਹੀਂ ਮਰਦਾ, ਠੀਕ ਆ। ਉਸ ਤੋਂ ਰਿਲੇਸ਼ਨਸ਼ਿਪ ਤੋਂ ਪਹਿਲਾਂ ਅਸੀਂ ਵੀ ਵੀਡੀਓ ਬਣਾ ਕੇ ਪੋਸਟ ਕੀਤੀਆਂ, ਪਰ ਮੈਨੂੰ ਪਤਾ ਸੀ ਵੀ ਕਿਸੇ ਦੀ ਕੁੜੀ ਆ ਯਾਰ, ਜੇ ਆਪਾਂ ਵੀਡੀਓ ਬਣਾ ਕੇ ਅੱਜ ਪੋਸਟ ਕਰਕੇ ਪਾ ਰਹੇ ਹਾਂ, ਸਭ ਨੂੰ ਪਤਾ ਕਿ ਸਾਡਾ ਰਿਲੇਸ਼ਨਸ਼ਿਪ ਆ ਅਤੇ ਅਸੀਂ ਵਿਆਹ ਕਰਾਉਣਾ। ਵਿਆਹ ਕਰਾ ਕੇ ਟੱਚ ਬੋਰਡ ਸਾਈਂ ਦੀ ਕਿਰਪਾ ਨਾਲ ਆਪਣੇ ਵਿਆਹ ਨੂੰ 3 ਸਾਲ ਲੱਗ ਚੱਲਿਆ, 2 ਸਾਲ ਕੰਪਲੀਟ ਹੋ ਗਏ। ਅਤੇ ਯਾਰ
ਉਹ ਕਿਹੜਾ ਕੱਪੜਾ ਜਿਹਦੇ 'ਚ ਲੜਾਈਆਂ ਝਗੜੇ ਨਹੀਂ ਹੁੰਦੇ? ਹਰ ਇੱਕ 'ਚ ਹੁੰਦੇ ਆ, ਜਿੱਥੇ ਪਿਆਰ ਹੁੰਦਾ ਉੱਥੇ ਲੜਾਈ ਝਗੜੇ ਵੀ ਹੋਣੇ ਆ, ਠੀਕ ਆ? ਜਿਹਦੇ 'ਚ ਲੜਾਈ ਝਗੜੇ ਨਹੀਂ ਹੁੰਦੇ ਉਹ ਤਾਂ ਫੇਕ ਹੋ ਗਏ। ਜਿੱਥੇ ਪਿਆਰ ਹੁੰਦਾ ਉੱਥੇ ਲੜਾਈ ਹੁੰਦੀ ਹੁੰਦੀ ਆ। ਹੁਣ ਸਾਡੇ 2 ਸਾਲ ਕੰਪਲੀਟ ਆ ਅਤੇ ਅਸੀਂ ਖੁਸ਼ ਹਾਂ ਯਾਰ। ਨਿੱਕੀਆਂ ਨਿੱਕੀਆਂ ਮੋਟੀਆਂ ਮੋਟੀਆਂ ਗੱਲਾਂ 'ਚ ਹੋ ਜਾਂਦੇ ਆ, ਪਰ ਅਸੀਂ, ਮੈਂ ਨਹੀਂ ਕਹਿੰਦਾ ਕਿ ਮੈਂ ਇੱਕ ਅੱਧੀ ਗੱਲ ਆ ਕਿ ਵਿਆਹ ਛੇਤੀ ਨਾ ਕਰਾਓ, ਕਿਉਂਕਿ ਅਸੀਂ 20-22 ਸਾਲ ਦੇ ਅਸੀਂ ਹੁੰਦੇ ਹਾਂ, ਠੀਕ ਆ? ਉਹਦੇ 'ਚ ਅਸੀਂ ਵਿਆਹ ਕਰਾ ਲੈਂਦੇ ਹਾਂ। ਇਹ ਏਜ ਜਿਹੜੀ 20-25 ਦੇ ਵਿੱਚ ਸੈੱਟ ਹੁੰਦੀ ਆ ਵੀ ਆਪਣਾ ਬਿਜ਼ਨਸ ਸੈੱਟ ਕਰੀਏ, ਆਪਣਾ ਸੋਚੀਏ ਹਾਂ ਵਿੱਚ ਮੈਂ ਕਰਾਇਆ ਵਾ ਇਹ ਤੋਂ ਪਹਿਲਾਂ, ਪਰ ਮੈਨੂੰ ਇੰਨੀ ਕੁ ਸਮਝ ਹੈਗੀ ਆ ਕਿ ਮੈਂ ਕੀ ਕਰਨਾ ਲਾਈਫ ਦੇ ਵਿੱਚ, ਠੀਕ ਆ? ਮੇਰਾ ਜਿਹੜਾ ਜਿਹੜਾ ਇਹ ਟਾਈਮ ਹੁੰਦਾ ਨਾ, ਇਹ ਇੰਜੋਏ ਦਾ ਹੁੰਦਾ। ਹੁਣ ਸਾਨੂੰ ਪਤਾ ਯਾਰ, ਜਿਹਦਾ ਜਿਹਨਾਂ ਦੇ ਸਿਰ 'ਤੇ ਜ਼ਿੰਮੇਵਾਰੀਆਂ ਹੋਣ, ਜਿਹਨਾਂ ਨੂੰ ਪਤਾ ਕਿ ਅਸੀਂ ਆਪ ਖਾਣਾ, ਆਪ ਕਮਾਉਣਾ, ਆਪ ਸਭ ਕੁਛ ਕਰਨਾ, ਉਹ ਕਦੀ ਵੀ ਇਹ ਕੰਮ ਨਹੀਂ ਕਰਦੇ, ਠੀਕ ਆ? ਅਸੀਂ ਲਾਈ ਸੀ, ਅਸੀਂ ਨਿਭਾਈ ਆ, ਠੀਕ ਆ? ਇਹ ਮੈਂ ਕਿਸੇ ਨੂੰ ਸੁਣਾ ਨਹੀਂ ਰਿਹਾ, ਪਰ ਅੱਜ ਕੱਲ੍ਹ ਜੋ ਮੇਰੀਆਂ ਭੈਣਾਂ ਵਾਂ ਛੋਟੀ ਏਜ ਦੇ ਵਿੱਚ, ਹੈ ਨਾ, ਜੋ ਅਸੀਂ ਦਿਖਾਵਾਂਗੇ ਉਹੀ ਲੋਕ ਸੇਮ ਕਰਨਗੇ। ਹੁਣ ਜੋ ਮੈਂ ਵਲੋਗ ਦਿਖਾ ਦੇਵਾਂ ਕਿ ਯਾਰ ਤੁਸੀਂ ਆਪਣੇ 'ਤੇ ਇੰਜੋਏ ਕਰੋ, ਲਾਈਫ ਇੰਜੋਏ ਕਰੋ, ਇੱਕ ਲਾਈਫ ਆ ਕਰੋ, ਪਹਿਲਾਂ ਆਪਦਾ ਘਰ ਦੇਖੋ, ਆਪਣੇ ਮਾਂ ਪਿਓ ਦੇਖੋ, ਆਪਣੇ ਭੈਣ ਭਰਾ ਦੇਖੋ, ਕਿਉਂਕਿ ਜੋ ਅਸੀਂ ਦਿਖਾਵਾਂਗੇ ਉਹ ਜਿਹੜੇ ਸਾਨੂੰ ਦੇਖਦੇ ਆ ਛੋਟੀ ਉਮਰ ਦੇ, ਉਹ ਉਹਨਾਂ ਨੇ ਉਹੀ ਕਰਨਾ। ਉਹਨਾਂ ਨੇ ਕਹਿਣਾ ਅੱਛਾ ਉਹ ਇੱਦਾਂ ਕਰਦੇ ਸੀ, ਉਹ ਤਾਂ ਇੱਦਾਂ ਕਰਦੇ ਸੀ, ਅਸੀਂ ਵੀ ਸੇਮ ਕਰੀਏ। ਉਹਦੇ ਨਾਲ ਕੀ ਆ, ਅਸੀਂ ਸਿਰਫ ਇੱਕ ਫੋਨ ਦੇ ਵਿੱਚ ਬੋਲ ਕੇ ਅਤੇ ਪਿੱਛੇ ਹੋ ਜਾਣਾ, ਮੁੜ ਕੇ ਸਾਨੂੰ ਲੋਕਾਂ ਨੇ ਫੋਲੋ ਕਰਨਾ, ਕਰਦੇ ਕਈ ਵਿਚਾਰੇ, ਉਹ ਕਹਿਣਾ ਅਸੀਂ ਵੀ ਸੇਮ ਇੱਦਾਂ ਕਰਨਾ। ਲਾਈਫ ਆ ਯਾਰ, ਮਾਂ ਪਿਓ ਦੀ ਇੱਜ਼ਤ ਹੁੰਦੀ ਆ, ਠੀਕ ਆ? ਆਪਣੇ ਮਾਂ ਪਿਓ ਦੀ ਇੱਜ਼ਤ ਨੂੰ ਦਾਗ ਨਾ ਲਾਓ ਕਦੀ। ਹੁਣ ਮੈਂ ਇੱਥੇ ਬੈਠਾ, ਸਾਡੇ ਕੋਲ 100 ਕੰਟੈਂਟ ਆ ਵੀ ਅਸੀਂ ਰੋ ਕੇ ਵੀਡੀਓ ਪਾ ਲੈਂਦੇ ਹਾਂ ਵੀ ਯਾਰ ਸਾਡਾ ਰਾਸ਼ਨ ਨਹੀਂ ਪੂਰਾ ਹੁੰਦਾ, ਯਾਰ ਸਾਡਾ ਕਿਰਾਇਆ ਨਹੀਂ ਪੂਰਾ ਹੁੰਦਾ। ਯਾਰ ਜੇ ਜਿਹੜੇ ਮਾਲਕ ਨੇ ਇੱਥੇ ਲੈ ਆਏ, ਅੱਗੇ ਵੀ ਬਹੁਤ ਕੁਛ ਆ, ਪਰ ਅਸੀਂ ਨਹੀਂ ਪਾਉਂਦੇ ਸਭ, ਠੀਕ ਆ? ਆਪਾਂ ਝੂਠ ਕੰਟੈਂਟ ਨਹੀਂ ਪਾਉਣਾ, ਅੱਜ ਤੱਕ ਮੈਂ ਕੋਈ ਝੂਠ ਕੰਟੈਂਟ ਨਹੀਂ ਪਾਇਆ ਯਾਰ। ਹਾਂ ਨਹੀਂ ਵੀ ਆਉਂਦੇ ਕੋਈ ਚੱਕਰ ਨਹੀਂ ਯਾਰ, ਹੈ ਨਾ, ਪਰ ਇੱਜ਼ਤ ਆ ਸਾਡੀ, ਕੋਈ ਵੀਡੀਓ ਦੇਖਦਾ ਕੋਈ ਸਾਡੇ ਮਾਂ ਪਿਓ ਨੂੰ ਇਹ ਤਾਂ ਨਹੀਂ ਕਹਿੰਦਾ ਵੀ ਯਾਰ ਤੇਰੇ ਨੂੰ ਇੱਦਾਂ ਵਾ, ਤੇਰੇ ਪੋਤੇ ਇੱਦਾਂ ਵਾ, ਹੈ ਨਾ। ਅਸੀਂ ਯਾਰ ਠੀਕ ਆ, ਜਿਹੜੀ ਚੀਜ਼ ਸਾਨੂੰ ਪਤਾ ਲੱਗਦੀ ਆ ਪਾਓ ਉਹੀ ਪਾਉਂਦੇ ਹਾਂ, ਜਿਹੜੀ ਨਹੀਂ। ਹੁਣ ਮੈਂ ਉਈ ਪਾਈ ਜਾਵਾਂ ਉਹਦਾ ਨਹੀਂ ਫਾਇਦਾ ਨਾ ਕੋਈ, ਪਰ ਮੇਰਾ ਇਹ ਕਹਿਣ ਦਾ ਮਤਲਬ ਆ ਕਿ ਜਿਹੜੇ ਵੱਡੇ ਬਲੌਗਰ ਆ ਨਾ, ਉਹਨਾਂ ਨੂੰ ਦੁਨੀਆ ਦੇਖਦੀ ਆ, ਉਹਨਾਂ ਨੂੰ ਫੋਲੋ ਕਰਦੀ ਆ, ਜਿੱਦਾਂ ਉਹਨਾਂ ਨੇ ਕਰਨਾ ਉੱਦਾਂ ਸੇਮ ਛੋਟਿਆਂ ਨੇ ਕਰਨਾ, ਠੀਕ ਆ? ਆ ਸਭ ਕੁਛ ਪਾਓ ਯਾਰ, ਇਹ ਪਲੇਟਫਾਰਮ ਇੰਜੋਏਮੈਂਟ ਲਈ ਆ, ਠੀਕ ਆ? ਅਤੇ ਥੋੜ੍ਹਾ ਜਿਹਾ ਦੇਖ ਕੇ, ਹੁਣ ਮੈਂ ਕਿਸੇ ਦਾ ਨਾਂ ਨਹੀਂ ਮੈਂ ਲੈਣਾ ਚਾਹੁੰਦਾ, ਹੈ ਨਾ, ਆਪਣੇ ਕਿ ਦਿੱਲੀ ਬੰਬੇ ਸਾਈਡ 'ਤੇ ਵੀ ਕਈ ਬਲੌਗਰ ਆ ਜਿਹੜੇ ਮਤਲਬ ਪਹਿਲਾਂ ਇਕੱਠੇ ਰੀਲਾਂ ਪਾਉਂਦੇ ਗਏ ਪਾਉਂਦੇ ਗਏ ਪਾਉਂਦੇ ਗਏ, ਹੁਣ ਉਹ ਰਿਲੇਸ਼ਨਸ਼ਿਪ ਟੁੱਟ ਗਏ। ਚਲੋ ਇਹ ਬੜੀਆਂ ਗੱਲਾਂ ਨਹੀਂ ਕੋਈ ਪਰਸਨਲ ਸ਼ੇਅਰ ਕਰਦਾ, ਹੈ ਨਾ, ਪਰ ਯਾਰ ਫਿਰ ਉੱਥੇ ਉਸ ਹੱਦ ਤੱਕ ਰਹੋ ਕਿ ਤੁਹਾਨੂੰ ਪਤਾ ਕਿ ਹਾਂ ਅਸੀਂ 2 ਸਾਲ ਇਕੱਠਿਆਂ ਨੇ ਰਹਿਣਾ ਅਤੇ ਫਿਰ ਅਸੀਂ ਟੁੱਟਣਾ। ਦੇਖੋ ਜਦੋਂ ਤੁਸੀਂ ਕਿਸੇ ਨੇ ਲਾਉਣੀ ਹੁੰਦੀ ਆ, ਕਿਸੇ ਤੋਂ ਪੁੱਛ ਕੇ ਨਹੀਂ ਲਾਉਂਦੇ, ਜੇ ਟੁੱਟ ਗਈ ਤਾਂ ਤੁਸੀਂ ਤਾਂ ਵੀ ਰੋਣਾ ਨਾ ਪਾਓ, ਟੁੱਟ ਗਈ ਹੈ ਨਾ, ਫਿਰ ਲੋਕ ਮਜ਼ਾਕ ਵਢਾਉਂਦੇ ਆ। ਕੱਲ੍ਹ ਨੂੰ ਤੁਸੀਂ ਜਿਹੜੇ ਘਰੇ ਵਿਆਹ ਕੇ ਜਾਣਾ, ਉੱਥੇ ਮਤਲਬ 100 ਗੱਲਾਂ ਕਿ ਯਾਰ ਇੱਦਾਂ ਉੱਦਾਂ, ਹੈ ਨਾ, ਦੇਖੋ ਮੂੰਹ ਆ ਜੀ, ਲੋਕਾਂ ਨੇ ਗੱਲਾਂ ਤਾਂ ਕਰਨੀਆਂ ਹੀ ਆ। ਇਹ ਜ਼ਰੂਰੀ ਨਹੀਂ ਵੀ ਇੱਕ ਵਲੋਗ ਹੀ ਸਭ ਕੁਛ, ਇੱਕ ਐਪ ਛੋਟੀ ਜੀ ਸਭ ਕੁਛ, ਆਪਣੀ ਲਾਈਫ ਸਾਰਾ ਕੁਛ ਹੀ, ਹੈ ਨਾ, ਕਰ ਦਈਏ। ਪਹਿਲਾਂ ਦੀ ਪਹਿਲਾਂ ਦੇਖ ਲਓ ਤੁਸੀਂ ਵੀ ਕੁੜੀਆਂ ਨੂੰ ਡਰ ਸੀ, ਹੈ ਨਾ, ਮੁੰਡਿਆਂ ਨੂੰ ਵੀ ਡਰ ਸੀ। ਅੱਜ ਕੱਲ੍ਹ ਅਸੀਂ ਕਹਿੰਦੇ ਵੀ ਚਲੋ ਕੁੜੀ ਮੁੰਡਾ ਬਰਾਬਰ ਆ, ਪਰ ਕੁੜੀਆਂ ਨੂੰ ਵੀ ਯਾਰ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਤੁਸੀਂ ਵੀ ਮਤਲਬ ਹਰ ਇੱਕ ਬੰਦੇ 'ਚ ਟੈਲੈਂਟ ਹੁੰਦਾ, ਤੁਹਾਡੇ 'ਚ ਟੈਲੈਂਟ ਆ, ਕੋਈ ਲਿਪਸਿੰਗ ਦਾ, ਕੋਈ ਕੁਛ ਆ, ਉਹ ਤੁਸੀਂ ਕਰਕੇ ਖੁਦ ਅੱਗੇ ਆਓ। ਤੁਸੀਂ ਵੀ ਕੀ ਕਰਦੇ ਵਿੱਚ, ਕੁੜੀਆਂ ਦੀ ਵੀ ਗਲਤੀ ਆ, ਭਾਵੇਂ ਗੁੱਸਾ ਕਰਿਓ, ਹੈ ਨਾ, ਕਿ ਤੁਸੀਂ ਕੀ ਕਰਦੇ ਹੋ, ਥੋੜ੍ਹੇ ਜਿਹੇ ਫੋਲੋਵਰ ਵੱਧ ਹੁੰਦੇ ਆ, ਤੁਸੀਂ ਉਹਨਾਂ ਦੇ ਨਾਲ ਵੀਡੀਓ ਬਣਾਉਣ ਲੱਗ ਜਾਂਦੇ ਹੋ ਵੀ ਚੱਲ ਸਾਨੂੰ ਵੀ ਲਾਈਕ ਆਉਣਗੇ, ਇੱਦਾਂ ਆਉਣਗੇ, ਉੱਦਾਂ ਆਉਣਗੇ। ਹੁਣ ਮੇਰੀਆਂ ਗੱਲਾਂ ਦਾ ਲੱਗਣਾ ਬਹੁਤਿਆਂ ਨੂੰ ਗੁੱਸਾ, ਮੇਰੇ ਦਿਲ ਦੀਆਂ ਗੱਲਾਂ ਦੀ ਆਪਾਂ ਕਰਦੀਆਂ ਸ਼ੇਅਰ,
ਆਪਾਂ ਕਿਸੇ ਨੂੰ ਜੇ ਆਪਾਂ ਕਿਸੇ 'ਤੇ ਵੀਡੀਓ ਨਹੀਂ ਪਾਈ, ਠੀਕ ਆ, ਅਤੇ ਨਾ ਆਪਾਂ ਨੂੰ ਸਾਈਂ ਦੀ ਮਿਹਰ ਨਾਲ ਨਾ ਆਪਾਂ ਕਿਸੇ 'ਤੇ ਪਾਈਏ, ਰੱਬ ਦੀ ਇੰਨੀ ਕਿਰਪਾ ਵਾ। ਪਰ ਜੇ ਕੋਈ ਬੰਗਾ ਸੋਚੂਗਾ ਮੇਰੇ 'ਤੇ ਪਾਈ ਇੱਦਾਂ ਪਾਈ, ਹੈ ਨਾ, ਅਤੇ ਆਪਾਂ ਵਲੋਗ ਬਣਾ ਕੇ ਰਿਪਲਾਈ ਨਹੀਂ ਕਰਦੇ ਕਿਸੇ ਨੂੰ ਵੀ। ਸਾਰਿਆਂ ਨੂੰ ਪਤਾ ਜਿਹੜੀ ਮੇਰੀ ਫੈਮਿਲੀ ਆ, ਆਪਾਂ ਕਦੀ ਇੱਦਾਂ ਦੇ ਚੱਕਰਾਂ 'ਚ ਪਏ ਨਹੀਂ, ਨਾ ਆਪਾਂ ਪੈਣਾ ਵਾ। ਪਰ ਮੇਰੀਆਂ ਭੈਣਾਂ ਨੂੰ ਬੇਨਤੀ ਆ ਕਿ ਤੁਸੀਂ ਉਹਨਾਂ ਮੁੰਡਿਆਂ ਨਾਲ ਹੀ ਲਾਓ ਵੀ। ਹੁਣ ਮੈਂ ਤਾਂ ਕਹਿੰਦਾ ਪਹਿਲਾਂ, ਪਹਿਲੀ ਗੱਲ, ਜਿੱਥੇ ਮਾਂ ਪਿਓ ਚਾਹੁੰਦੇ ਆ ਉੱਥੇ ਹੀ ਤੁਸੀਂ ਵਿਆਹ ਕਰਾਓ, ਰਜਾਮੰਦੀ 'ਚ। ਹਾਂ, ਜੇ ਕੋਈ ਬਹੁਤਾ ਕਿਸੇ ਨੂੰ ਪੁਰਾਣਾ ਰਿਲੇਸ਼ਨ ਆ ਵੀ ਪਤਾ ਕਿ ਮੁੰਡਾ ਨਿਭਾ ਸਕਦਾ, ਵਿਆਹ ਕਰਾ ਕੇ ਮੇਰੇ ਨਾਲ ਲਾਈਫ ਟਾਈਮ ਚੱਲ ਸਕਦਾ, ਫਿਰ ਤੁਸੀਂ ਕਰਾਓ। ਵੀ ਪਹਿਲਾਂ ਪੂਰਾ ਯਾਰ, ਮਤਲਬ ਕਿ ਪਤਾ ਨਹੀਂ ਅੱਜ ਕੱਲ੍ਹ ਕੁੜੀਆਂ ਵੀ ਆਪਣੀ ਲਾਈਫ ਹੈ ਨਾ ਕਿੱਦਾਂ ਉਹ ਕਰ ਲੈਂਦੀਆਂ, ਕਿ ਉਹ ਪਹਿਲਾਂ ਵੇਖੋ ਯਾਰ ਉਹ ਨਿਭਾ ਸਕਦਾ ਵੀ, ਤੁਹਾਡੀ ਰਿਸਪੋਂਸੀਬਿਲਟੀ ਚੱਕ ਸਕਦਾ। ਅਸੀਂ ਵੀ ਯਾਰ, ਅਸੀਂ, ਸਾਡੀਆਂ ਵੀ ਭੈਣਾਂ ਵਾਂ, ਠੀਕ ਆ, ਹਰ ਇੱਕ ਨੇ। ਅਸੀਂ ਕੱਲ੍ਹ ਨੂੰ ਵੱਡੇ ਹੋਵਾਂਗੇ, ਸਾਡੇ ਬੱਚੇ ਵੇਖਣਗੇ ਜਾਂ ਕੁਛ ਵੀ ਆ, ਅੱਗੇ ਫਿਊਚਰ ਲੌਂਗ ਟਾਈਮ ਸੋਚੋ ਯਾਰ। ਅਸੀਂ ਅੱਜ ਸੋਚਦੇ ਪਏ ਅੱਜ ਸਾਨੂੰ ਪੈਸੇ ਆ ਰਹੇ ਯਾਰ, ਵਧੀਆ ਨਾ ਵੀ ਕਰ ਲਓ ਜੋ ਕਰਨਾ, ਪਰ ਅੱਜ ਦੀ ਜਿਹੜੀ ਚੀਜ਼ ਅਸੀਂ ਕਰ ਲਈ ਉਹ ਸਾਨੂੰ ਕੱਲ੍ਹ ਨੁਕਸਾਨ ਦੇਵੇ, ਉਹ ਗਲਤ ਗੱਲ ਹੋ ਜਾਣੀ ਹੈ, ਠੀਕ ਆ। ਇਸ ਕਰਕੇ ਯਾਰ ਲਾਈਫ ਆ, ਆਪਣਾ ਇੰਜੋਏ ਕਰੋ, ਪਰ ਇੰਨਾ ਵੀ ਹੱਦ ਤੱਕ ਨਾ ਜਾਓ ਨਾ। ਹਾਂ ਠੀਕ ਆ, ਕੱਲ੍ਹ ਨੂੰ ਹੁਣ ਮੇਰੀ ਇਹਦੀ ਕੋਈ ਲੜਾਈ ਹੋ ਜਾਵੇ ਤਾਂ ਮੈਂ ਯੂਟਿਊਬ 'ਤੇ ਥੋੜ੍ਹੀ ਦੱਸੂੰਗਾ ਯਾਰ। ਆਖਿਰ ਨੂੰ ਉਹ ਮੇਰੀ ਇੱਜ਼ਤ ਆ, ਉਹਦੀ ਇੱਜ਼ਤ ਮੇਰੇ ਹੱਥ, ਮੇਰੀ ਇੱਜ਼ਤ ਉਹਦੇ ਹੱਥ, ਸਭ ਕੁਛ ਹੁੰਦਾ। ਪਰ ਇੱਦਾਂ ਨਹੀਂ, ਇੱਦਾਂ ਨਹੀਂ ਹੁੰਦਾ ਵੀ ਇਹ ਕਰਦੀ ਉਹ ਕਰਦੀ। ਪਹਿਲੀ ਗੱਲ ਤਾਂ ਯਾਰ ਆਪਣੇ ਮਾਂ ਪਿਓ ਦੇ ਕਹਿਣ 'ਤੇ ਚੱਲੋ, ਜਿੱਥੇ ਉਹ ਚਾਹੁੰਦੇ ਆ ਉੱਥੇ ਵਿਆਹ ਕਰਾਓ, ਠੀਕ ਆ, ਕਿਉਂਕਿ ਮਾਂ ਪਿਓ ਕਦੀ ਵੀ ਆਪਣੇ ਬੱਚੇ ਦਾ ਗਲਤ ਨਹੀਂ ਸੋਚਦੇ। ਹਾਂ, ਜਿਹਨੇ ਰਿਲੇਸ਼ਨਸ਼ਿਪ 'ਚ ਆਉਣਾ, ਜਿਹਨੇ ਲਵ ਮੈਰਿਜ ਕਰਾਉਣੀ ਆ, ਅਤੇ ਉਹ ਜੇ ਕੋਈ ਲਾਉਣ ਦਾ ਦਮ ਰੱਖ ਦੇਣਾ ਤਾਂ ਆਪਣੇ ਘਰੇ ਲਿਆਉਣ ਦਾ ਦਮ ਵੀ ਰੱਖੋ। ਇਹ ਨਹੀਂ ਵੀ ਆਪਾਂ ਫੇਮ ਕੱਟਿਆ, ਬਲੌਗ ਚੱਲੇ ਅਤੇ ਆਪਾਂ ਛੱਡ ਦਈਏ, ਨੋ ਬਰੋ। ਕੱਲ੍ਹ ਨੂੰ ਆਪ ਦੀਆਂ ਭੈਣਾਂ ਵੀ ਹੁੰਦੀਆਂ ਵਾ, ਸਭ ਦੀਆਂ ਹੁੰਦੀਆਂ ਵਾ, ਠੀਕ ਆ। ਕੱਲ੍ਹ ਨੂੰ ਅਸੀਂ ਵੱਡੇ ਹੋਣਾ, ਕੱਲ੍ਹ ਨੂੰ ਬੱਚੇ ਹੋਣਾ, ਕਿ ਵੀ ਸਾਡੇ ਘਰੇ ਧੀ ਹੋ ਜਾਏ, ਉਹ ਸਾਡੇ ਬਲੌਗ ਵੇਖ ਕੇ ਉਹਨਾਂ ਨੇ ਕਹਿਣਾ ਹਾਂ ਮਾਂ ਪਿਓ ਨੇ ਇੱਦਾਂ ਕੀਤਾ ਸੀ, ਅਸੀਂ ਵੀ ਹੁਣ ਗਾਹ ਅੱਗੇ ਇੱਦਾਂ ਕਰਨਾ। ਅਸੀਂ ਜੇ ਗਲਤ ਚੱਲ ਪਏ ਤਾਂ ਅਸੀਂ ਫਿਰ ਉਹਨਾਂ ਨੂੰ ਕੀ ਸਮਝਾਵਾਂਗੇ। ਮੈਂ ਲਵ ਮੈਰਿਜ ਕੀਤੀ, ਪਰ ਟੱਚ ਵੁੱਡ, ਰੱਬ ਦੀ ਇੰਨੀ ਕਿਰਪਾ, ਮੈਂ ਨਮਾਉਣ ਦਾ ਦਮ, ਮੈਨੂੰ ਪਤਾ ਸੀ ਮੈਂ ਇਹ ਕੁੜੀ ਨਾਲ ਵਿਆਹ ਕਰਾਉਣਾ। ਆਪਾਂ ਵੀਡੀਓ ਬਣਾਈਆਂ, ਜੇ ਆਪਾਂ ਵੀਡੀਓ ਵੀ ਇਹਦੇ ਨਾਲ ਬਣਾਈਆਂ ਤਾਂ ਆਪਾਂ ਵਿਆਹ ਵੀ ਇੰਨਾ ਹੀ ਕਰਾਇਆ, ਠੀਕ ਆ। ਮੈਂ ਤਾਂ ਇਹ ਕਹਿੰਦਾ ਵੀ ਜੇ ਤੁਸੀਂ ਇੱਕ ਹੋਏ ਹੋ ਤਾਂ ਯਾਰ ਤੁਸੀਂ ਵਿਆਹ ਤੱਕ ਜਾਓ, ਠੀਕ ਆ, ਵੀ ਆਪਣਾ ਘਰ ਵਸਾਓ ਆਪਣਾ ਵਧੀਆ ਯਾਰ। ਇਹ ਲਾਈਫ ਇੱਕ ਆ ਅੱਜ ਕੱਲ੍ਹ, ਪਹਿਲਾਂ ਤਾਂ ਕਿਸੇ ਦਾ ਵਿਆਹ ਟੁੱਟ ਜਾਂਦਾ ਸੀ ਜਾਂ ਕੁਛ ਹੋ ਜਾਂਦਾ, ਲੋਕ ਕਹਿੰਦੇ ਸੀ ਯਾਰ ਸਾਡੇ 'ਤੇ ਦਾਗ ਲੱਗ ਗਿਆ। ਅੱਜ ਕੱਲ੍ਹ ਤਾਂ ਮੇਰੇ ਕਹਿੰਦਾ ਟ੍ਰੈਂਡ ਬਣ ਗਏ ਆ, ਅਸੀਂ ਬਹੁਤੇ ਸਿਆਣੇ ਨਹੀਂ, ਪਰ ਉਮਰਾਂ ਦੇ ਹਿਸਾਬ ਨਾਲ ਤੇ ਉਮਰ ਛੋਟੀ ਆ, ਪਰ ਤਜੁਰਬਾ ਬੋਲਦਾ ਕਿ ਯਾਰ ਜੇ ਤੁਸੀਂ ਲਾ ਸਕਦੇ ਹੋ ਫੇਰ ਹੀ ਤੁਸੀਂ ਲਾਓ, ਨਹੀਂ ਤਾਂ ਦੈਟਸ ਇਟ, ਕਿਸੇ ਦੀ ਲਾਈਫ ਦੇ ਨਾਲ ਖਿਲਵਾੜ ਨਾ ਕਰੋ, ਹੈ ਨਾ, ਵੀ ਇੱਦਾਂ ਹੋ ਜਾਊ ਇੱਦਾਂ। ਹਾਂ, ਮੰਨਿਆ ਯਾਰ ਲੋਕਾਂ ਨੂੰ ਚਾਹੀਦਾ ਕੁਛ ਨਵੀਂ ਚੀਜ਼, ਵਿਊ ਲਈਏ, ਪਰ ਵਿਊਆਂ ਲਈ ਆਪਣੀ ਇੱਜ਼ਤਾਂ ਘਟੀਆਂ ਜਾ ਰਹੀਆਂ, ਉਹਦਾ ਕੋਈ ਫਾਇਦਾ ਨਹੀਂ, ਠੀਕ ਆ। ਅਸੀਂ ਵੀ, ਮੈਂ ਹੁਣ ਮੈਂ ਕੰਮ ਤੋਂ ਆਇਆ ਵਾਂ, ਠੀਕ ਆ, ਮੈਂ ਮਿਹਨਤ ਕਰਦਾ, ਹੁਣ ਮੈਂ ਸੋਚਾਂ ਕਿ ਯਾਰ ਮੇਰੇ ਕੋਲ ਤਾਂ ਕੰਟੈਂਟ ਬਹੁਤ ਨੇ, ਮੈਂ ਕੰਮ ਦੀ ਤਾਂ ਲੋੜ ਹੀ ਨਹੀਂ, ਮੈਨੂੰ ਕੰਮ ਕਰਨਾ ਹੀ ਪੈਣਾ, ਕੰਮ ਕਰਾਂਗੇ ਤਾਂ ਰੋਟੀ ਮਿਲਣੀ ਆ, ਨਹੀਂ ਕਰਾਂਗੇ ਤਾਂ ਰੈਂਟ ਵੀ ਨਿਕਲਦੇ, ਠੀਕ ਆ। ਹੁਣ ਜੇ ਮੈਂ, ਮੇਰੇ ਕੋਲ ਕੰਟੈਂਟ 100 ਤਰ੍ਹਾਂ ਦਾ ਬਣ ਜੇ, ਮੈਂ ਕੁਛ ਵੀ ਬਣਾ ਲਵਾਂ, ਫੇਰ ਕੀ ਬਣਾਉਣਾ, ਕੁਛ ਵੀ ਬਣਾ ਲੈਂਦੇ ਹਾਂ। ਪਰ ਨਹੀਂ ਯਾਰ, ਸਾਨੂੰ ਵੇਖਦੇ ਲੋਕ, ਅਤੇ ਜਿਹੜੇ ਪਿਆਰ ਕਰਦੇ ਆ, ਜਿੱਦਾਂ ਅਸੀਂ ਲਾਵਾਂਗੇ ਉਹਨਾਂ ਨੇ ਉੱਦਾਂ ਲੱਗਣਾ। ਜਿਹੜੇ ਸਬਸਕ੍ਰਾਈਬਰ ਸਾਨੂੰ ਵੇਖਦੇ ਆ, ਉਹਨਾਂ ਨੇ ਕਹਿਣਾ ਉਹਨਾਂ ਨੇ ਇੱਦਾਂ ਕੀਤਾ ਸੀ, ਅਸੀਂ ਵੀ ਇੱਦਾਂ ਕਰੀਏ। ਸੋ ਯਾਰ ਥੋੜ੍ਹਾ ਬਹੁਤਾ ਵੇਖ ਕੇ, ਹੁਣ ਮੈਂ ਤਾਂ ਇਹੀ ਚਾਹੁੰਦਾ ਵੀ ਤੁਸੀਂ ਉਹਨਾਂ ਨੂੰ ਨੌਲੇਜ ਦਿਓ, ਉਹਨਾਂ ਨੇ ਬਹੁਤ ਕੁਛ ਸਿੱਖਣਾ, ਠੀਕ ਆ, ਸਾਡੇ ਤੋਂ। ਆਪਾਂ ਵੀ ਘੁੰਮਣ ਜਾਂਦੇ, ਸਭ ਕੁਛ ਕਰਦੇ ਹਾਂ, ਇੰਜੋਏ ਕਰਦੇ ਹਾਂ, ਕਰਨ ਨੂੰ ਲਾਈਫ ਬਣੀ ਆ, ਕਰੋ ਉਹ ਚੀਜ਼ਾਂ ਦਿਖਾਓ ਜਿਹੜੀਆਂ ਲੋਕਾਂ ਨੂੰ ਕੰਮ ਆਉਣ। ਹੁਣ ਆਪਾਂ ਇੱਦਾਂ ਹੀ ਰੋਣ ਪਿੱਟਾਂ ਨੇ ਦਿਖਾ ਦਈਏ ਸਾਰਾ ਕੁਛ ਇੱਦਾਂ ਉੱਦਾਂ, ਹੈ ਨਾ। ਹਰ ਇੱਕ ਦੀ ਲਾਈਫ ਦੇ ਵਿੱਚ ਬਹੁਤ ਟੈਨਸ਼ਨਾਂ ਨੇ, ਅਤੇ
ਅਜੇ ਹੁਣ ਮੈਂ 20 ਮਿੰਟ ਦੇ ਵਲੋਗ ਦੇ ਵਿੱਚ 20 ਮਿੰਟ ਦਾ ਵਲੋਗ ਬਣਾਵਾਂ ਅਤੇ ਮੈਂ ਲਗਜ਼ਰੀ ਲਾਈਫ ਦਿਖਾ ਦਾਂ ਅਤੇ ਲੋਕਾਂ ਦੇ ਮਨ 'ਚ ਇਹੀ ਹੋਣਾ ਕਿ ਯਾਰ ਹਾਂ ਉੱਥੇ ਸਭ ਕੁਛ ਆ, ਲਗਜ਼ਰੀ ਲਾਈਫ ਆ। ਇੱਦਾਂ ਨਹੀਂ ਬ੍ਰੋ, ਯੂਟਿਊਬ ਦੀ ਲਾਈਫ ਜਾਂ ਇੰਸਟਾਗ੍ਰਾਮ ਦੀ ਲਾਈਫ ਇਹ ਫੇਕ ਲਾਈਫਾਂ ਹੁੰਦੀਆਂ ਨੇ। ਠੀਕ ਆ, ਹੁਣ ਮੈਂ ਸਾਨੂੰ ਐਂ ਸਾਡਾ ਨੇਚਰ ਇੱਦਾਂ ਦਾ, ਮੈਂ ਇਹਨੂੰ ਪਿਆਰ ਕਰਦਾ, ਮੈਂ ਇਹਨੂੰ ਬੋਲਦਾ ਵੀ ਮੈਂ 4 ਬੰਦਿਆਂ 'ਚ ਬੋਲ ਦਿੰਦਾ, ਜੇ 4 ਕੋਈ ਇਹਦੇ ਫਰੈਂਡ ਬੈਠੇ ਮੈਂ ਉਹ 'ਚ ਬੋਲ ਦਿੰਦਾ। ਵਾਈਫ ਆ ਬੋਲਣਾ ਯਾਰ, ਜਿੱਥੇ ਗਲਤ ਆ ਉੱਥੇ ਬੋਲਣਾ, ਜਿੱਥੇ ਮੈਂ ਗਲਤ ਆ ਉੱਥੇ ਅਗਲੀ ਬੋਲੇ, ਰਾਈਟ ਆ। ਅਤੇ ਬਸ ਇਹ ਵਲੋਗ ਸੀ, ਮਤਲਬ ਮੇਨ ਮੋਟਾ ਇਹ ਆ ਕਿ ਨਾ ਕੁੜੀਆਂ ਗਲਤ ਆ ਨਾ ਮੁੰਡੇ ਗਲਤ ਆ, ਤੁਸੀਂ ਆਪਦਾ ਦੇਖ ਕੇ ਚੱਲੋ। ਜੇ ਮੁੰਡਾ ਤੁਹਾਡੇ ਨਾਲ ਲਾ ਲਾ ਰਿਹਾ, ਨਿਭਾ ਰਿਹਾ, ਵਿਆਹ ਕਰਾ ਰਿਹਾ, ਫਿਰ ਤੁਸੀਂ ਵੀਡੀਓ ਇਕੱਠੇ ਬਣਾਓ, ਵਿਆਹ ਤੋਂ ਬਾਅਦ ਬਣਾਓ, ਕਿਸੇ ਰੋਕਿਆ? ਅਤੇ ਮੇਰਾ ਕਹਿਣ ਦਾ ਮਤਲਬ ਇਹੀ ਆ, ਜਿਹਨਾਂ ਲਾਉਣੀ ਉਹਨਾਂ ਨਿਭਾਓ, ਵਿਆਹ ਕਰਾਓ, ਠੀਕ ਆ। ਜੇ ਤੁਸੀਂ ਨਹੀਂ ਨਿਭਾ ਸਕਦੇ, ਨਹੀਂ ਵਿਆਹ ਕਰਾ ਸਕਦੇ, ਤਾਂ ਫਿਰ ਤੁਸੀਂ ਨਾ ਲਾਓ, ਇਕੱਲੇ ਚੱਲੋ, ਆਪਣੇ ਦਮ 'ਤੇ ਚੱਲੋ। ਸਾਨੂੰ ਪਤਾ ਸਾਡੇ 'ਚ ਕੌਨਫੀਡੈਂਸ, ਸਾਡੇ 'ਚ ਟੈਲੈਂਟ, ਅਸੀਂ ਚੱਲਾਂਗੇ। ਅਸੀਂ ਹੁਣ ਤੱਕ ਆਪਣੇ ਦਮ 'ਤੇ, ਸਾਈਂ ਦੀ ਮਿਹਰ, ਰੱਬ ਦੇ ਦਮ 'ਤੇ ਚੱਲਦੇ ਆ ਰਹੇ ਹਾਂ, ਠੀਕ ਆ ਨਾ। ਬਾਕੀ ਇਹ ਆ ਵੀ ਖੁਸ਼ ਰਹੋ, ਨਜ਼ਾਰੇ ਲਓ, ਗਲਤ ਕਮੈਂਟ ਜਿਹਨੇ ਕਰਨਾ ਉਹ ਕਰਿਓ, ਕਿਉਂਕਿ ਬਹੁਤੇ ਸਿਆਣੇ ਅਸੀਂ ਹੈ ਨਹੀਂ, ਠੀਕ ਆ ਨਾ। ਅਤੇ ਨਾ ਅਸੀਂ ਕਿਸੇ ਨਾਲ, ਅਸੀਂ ਇਕੱਲੇ ਤੁਰੇ ਸੀਗੇ ਅਤੇ ਇਕੱਲੇ ਤੁਰੇ ਹਾਂ ਅਤੇ ਇਕੱਲੇ ਤੁਰਦੇ ਰਹਿਣਾ, ਠੀਕ ਆ। ਆਪਾਂ ਨਾ ਅਗੇ ਦੇ ਵਿੱਚ ਵੜਦੇ ਹਾਂ, ਨਾ ਸਾਨੂੰ ਲੋੜ ਆ। ਅਤੇ ਬਸ ਮੇਰੀਆਂ ਦਿਲ ਦੀਆਂ ਗੱਲਾਂ ਸੀ, ਜੇ ਮੈਂ ਇੱਥੇ ਨਹੀਂ ਤਾਂ ਮੈਂ ਇੰਸਟਾਗ੍ਰਾਮ 'ਤੇ ਬੋਲ ਕੇ ਪਾ ਦੇਣੀਆਂ, ਪਰ ਆਪਾਂ ਪਾ ਜ਼ਰੂਰ ਦੇਣੀਆਂ ਸੀ, ਠੀਕ ਆ ਨਾ। ਕਿਉਂਕਿ ਇਹੀ ਜੋ ਕਹਿਣਾ ਮੈਂ ਕਹਿ, ਜੋ ਮੇਰਾ ਦਿਲ ਕਰਦਾ, ਜੋ ਮੈਂ ਕਹਿਣਾ ਉਹ ਮੈਂ ਕਹਿਣਾ। ਆਪਾਂ ਨੂੰ ਕੋਈ ਇੱਦਾਂ ਦਾ ਚੱਕਰ ਨਹੀਂ ਹੈਗਾ ਕਿ ਹੇਟ ਮਿਲੂਗੀ ਜਾਂ ਲੋਕ ਕੀ ਕਹਿਣਗੇ। ਜਿਹੜੀ ਚੀਜ਼ ਮੈਂ ਸਮਝਾ ਸਕਦਾ, ਮੈਂ ਜਿਹੜੇ ਸਬਸਕ੍ਰਾਈਬਰ ਮੇਰੇ ਨੇ, ਜੇ ਮੇਰੇ ਸਬਸਕ੍ਰਾਈਬਰ ਮੈਨੂੰ ਸੁਣ ਕੇ, ਦੇਖ ਕੇ, ਸਾਨੂੰ ਦੋਨਾਂ ਨੂੰ ਦੇਖ ਕੇ, ਜੇ ਉਹ ਕੁਛ ਸਿੱਖਣਗੇ ਵਧੀਆ, ਤਾਂ ਮੇਰੇ ਲਈ ਤਾਂ ਫਾਇਦੇ ਵਾਲੀ ਗੱਲ ਆ। ਮੈਂ ਤਾਂ ਕਹੂੰਗਾ ਮੈਂ ਰੋਜ਼ ਉਹਨਾਂ ਨੂੰ ਸਮਝਾਵਾਂ, ਗਲਤ ਸਟੈਪ ਨਾ ਚੱਕੋ ਲਾਈਫ ਦੇ ਵਿੱਚ। ਅਸੀਂ ਗਲਤ ਚੀਜ਼ਾਂ ਬਹੁਤ ਕਰ ਜਾਂਦੇ ਹਾਂ ਕਾਲੇ ਕਾਲੇ ਦੇ ਵਿੱਚ, ਇੱਦਾਂ ਉੱਦਾਂ, ਉਸ ਟਾਈਮ ਆਪਾਂ ਨੂੰ ਲੱਗਦਾ ਸੀ ਸਾਡੇ ਨੁਕਸਾਨ, ਘਰ ਦੇ ਨੁਕਸਾਨ ਸੋਚਦੇ ਆ, ਪਰ ਨਹੀਂ, ਬਾਅਦ 'ਚ ਪਛਤਾਉਂਗੇ, ਫਾਇਦਾ ਕੋਈ ਨਹੀਂ। ਅਸੀਂ ਤਾਂ, ਮੈਂ ਇੱਕ ਗੱਲ ਕਹਿੰਦਾ ਸੀ, ਜੇ ਮੈਂ ਤੇਰੇ ਨਾਲ ਲਾਈ ਆ ਤਾਂ ਮੈਂ ਤੇਰੇ ਨਾਲ ਨਵਾਉਂਗਾ, ਤਾਂ ਅਸੀਂ ਹੁਣ ਜੇ ਜਵਾਨੀ 'ਚ ਲਾਈ ਆ ਤਾਂ ਹੁਣ ਬੁਢਾਪੇ 'ਚ ਜਾਵਾਂਗੇ, ਠੀਕ ਆ। ਸਿੱਧੀ ਜਿਹੜੀ ਗੱਲ ਆ, ਆਪਦੇ ਮਾਂ, ਜੇ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ, ਆਪਣੇ ਮਾਂ ਪਿਓ ਨਾਲ ਗੱਲ ਕਰੋ, ਜੇ ਨਹੀਂ ਮੰਨਦੇ ਤਾਂ ਤੁਸੀਂ ਕੋਈ ਚੱਕਰ ਨਹੀਂ ਯਾਰ, ਨਹੀਂ ਮੰਨੇ ਨਹੀਂ ਮੰਨੇ, ਹੈ ਨਾ। ਕਦੀ ਵੀ ਇਹ ਮਤਲਬ ਇੱਦਾਂ ਨਾ ਕਰੋ ਕਿ ਯਾਰ ਤੁਹਾਡੇ ਮਾਂ ਪਿਓ ਨੂੰ ਠੇਸ ਪਹੁੰਚੇ, ਠੀਕ ਆ। ਮੰਨ ਜਾਂਦੇ, ਸਭ ਦੇ ਮੰਨ ਜਾਂਦੇ ਆ, ਆਪਣੇ ਇੱਜ਼ਤਾਂ ਨਾਲ ਵਿਆਹ ਕੇ ਲਿਆਓ, ਉਹਦਾ ਸੁਭਾਅ ਤਾਂ ਵੱਖਰਾ। ਬਾਕੀ ਠੀਕ ਆ, ਉਹਦਿਆਂ ਕੋਲ ਗਲਤੀਆਂ ਹੋ ਜਾਂਦੀਆਂ, ਹੈ ਨਾ। ਜ਼ਰੂਰੀ ਨਹੀਂ ਵੀ ਜਿਹੜੀ ਇੱਜ਼ਤ ਨਾਲ ਨਹੀਂ ਆਉਂਦੀ ਉਹ ਨਹੀਂ ਨਿਭਾਉਂਦੀ, ਜਿਹਨੇ ਨਿਭਾਉਣੀ ਉਹਨੇ ਕੁੱਲੀ ਜਿਵੇਂ ਨਿਭਾਉਣੀ ਆ, ਜਿਹਨੇ ਨਹੀਂ ਨਿਭਾਉਣੀ ਉਹਨੇ ਮਹਿਲ 'ਚ ਵੀ ਨਹੀਂ ਨਿਭਾਉਣੀ, ਜਿਹਨੇ ਛੱਡ ਕੇ ਜਾਣਾ ਉਹਨੇ ਛੱਡ ਹੀ ਜਾਣਾ, ਅਤੇ ਜਿਹਨੇ ਵਸਣਾ ਉਹਨੇ ਵੱਸ ਜਾਣਾ। ਬਾਕੀ ਮੈਂ ਇਹ ਗੱਲਾਂ ਕਰਨੀਆਂ ਸੀ, ਕੁਛ ਗਲਤ ਕਿਹਾ ਹੋਵੇ, ਕਿਸੇ ਨੂੰ ਮੇਰੀ ਗੱਲ ਚੁੱਭੀ ਹੋਵੇ ਤਾਂ ਮਾਫ਼ ਕਰਿਓ, ਠੀਕ ਆ। ਬਾਕੀ ਇਹ ਆ ਕਿ ਮਾਂ ਪਿਓ ਦੇ ਖਿਲਾਫ਼ ਨਾ ਜਾਇਓ ਕਦੀ, ਮਾਂ ਪਿਓ ਕਦੀ ਵੀ ਬੱਚੇ ਦਾ ਗਲਤ ਨਹੀਂ ਸੋਚਦਾ, ਠੀਕ ਆ ਨਾ। ਰਿਸ਼ਤੇ ਪਹਿਲਾਂ ਆਪਣੇ, ਕਿਉਂਕਿ ਸਭ ਕੁਛ ਮਿਲ ਜਾਂਦਾ, ਬੰਦਾ ਬਿਜ਼ਨਸ 'ਚ ਲੋਸ ਖਾਊਗਾ ਤਾਂ ਫਿਰ ਖੜਾ ਹੋ ਜਾਊਗਾ, ਰਿਸ਼ਤੇ ਟੁੱਟਣਗੇ, ਭੈਣ ਭਰਾ ਦੂਰ ਹੋਣਗੇ, ਉਹ ਬਹੁਤ ਮੁਸ਼ਕਲ ਨਾਲ ਕਲੋਜ਼ ਹੁੰਦੇ ਆ, ਰਿਸ਼ਤੇ ਨਹੀਂ ਦੁਬਾਰਾ ਬਣਦੇ। ਇੱਜ਼ਤਾਂ ਨੇ, ਇੱਜ਼ਤ ਇੱਕ ਵਾਰੀ ਗਈ ਬਾਈ, ਭਾਵੇਂ ਤੁਸੀਂ ਕਰੋੜਪਤੀ ਬਣ ਜਾਓ, ਭਾਵੇਂ ਜੋ ਮਰਜ਼ੀ ਬਣ ਜਾਓ, ਦਾਗ ਲੱਗ ਜਾਣਾ, ਠੀਕ ਆ ਨਾ। ਪੈਸਾ ਪੈਸਾ ਤਾਂ ਯਾਰ ਸਭ ਨੇ ਕਮਾਉਣਾ, ਕਿਸੇ ਨੇ ਕੋਈ, ਕਿਉਂਕਿ ਹੁਣ ਇਹ ਅਸੀਂ ਜੇ ਸਮਝ ਲਾ, ਅਸੀਂ 4 ਲੇਬਰ ਮਜ਼ਦੂਰ ਹਾਂ, ਠੀਕ ਆ। ਕੋਈ 20 ਕਮਾ ਰਿਹਾ, ਕੋਈ 40 ਕਮਾਉਂਦਾ, ਕੋਈ 60 ਕਮਾਉਂਦਾ, ਕੋਈ 80 ਕਮਾਉਂਦਾ, ਜਿਹਦੇ 'ਚ ਜਿੰਨਾ ਟੈਲੈਂਟ ਆ ਉਨਾ ਕਮਾਈ ਜਾਂਦਾ। ਅਸੀਂ ਜੇ ਉਹਨੂੰ ਵੇਖੀ ਜਾਈਏ ਯਾਰ, ਉਹ 40 ਕਮਾਉਂਦਾ, ਅਸੀਂ ਆਪਣੇ 20 ਤੋਂ ਵੀ ਚੱਲ ਜਾਣਾ। ਸੈਟਿਸਫਾਈ ਬੰਦਾ ਕਦੇ ਨਹੀਂ ਹੁੰਦਾ, ਰੱਬ ਜੋ ਕਰਦਾ, ਜਿਵੇਂ ਕਰਦਾ, ਸਹੀ ਕਰਦਾ, ਜਿੱਥੇ ਮਾਲਕ ਰੱਖਦਾ ਉੱਥੇ ਰਹਿਣਾ ਪੈਂਦਾ, ਕਰਨਾ ਪੈਂਦਾ, ਸਭ ਕੁਛ ਆ। ਬਾਕੀ ਦਵੋ ਸਾਨੂੰ ਇਜਾਜ਼ਤ,
ਵਲੋਗ ਮੈਂ ਇਕੱਲੇ ਨੇ ਬੋਲਿਆ ਅਤੇ ਮੈਂ ਸਮਝਾਉਣਾ ਸੀ, ਬਾਕੀ ਜੇ ਕੁਛ ਗਲਤ ਕਿਹਾ ਹੋਏ ਤਾਂ ਮਾਫੀ ਆ। ਬਾਕੀ ਇਹ ਆ ਕਿ ਇੱਜ਼ਤਾਂ ਨੂੰ ਬਚਾਓ, ਪਿਆਰ ਸਭ ਕੁਛ ਨਹੀਂ ਹੁੰਦਾ, ਪਹਿਲਾਂ ਇੱਜ਼ਤ ਠੀਕ ਆ, ਜੇ ਇੱਜ਼ਤ ਆ ਤਾਂ ਸਭ ਕੁਛ ਆ, ਅਤੇ ਪੈਸਾ ਤਾਂ ਫਿਰ ਅਸੀਂ ਕਮਾ ਹੀ ਲੈਣਾ ਠੀਕ ਆ। ਉਹ ਤਾਂ ਆਪਾਂ ਮਿਹਨਤ ਕਰਦੇ ਪਏ, ਆਪਾਂ ਨੂੰ ਮਿਹਨਤ 'ਤੇ ਯਕੀਨ ਆ, ਮੈਨੂੰ ਕਿੰਨੇ 8-10 ਸਾਲ ਹੋ ਗਏ ਮਿਹਨਤ ਕਰਦੇ ਨੂੰ, ਅਤੇ ਮੈਨੂੰ 6-7 ਸਾਲ ਇੰਸਟਾਗ੍ਰਾਮ ਚਲਾਉਂਦੇ ਨੂੰ ਹੋ ਗਏ, ਜਿਹੜੇ ਮੈਨੂੰ ਪੁਰਾਣੇ ਜਾਣਦੇ ਉਹਨਾਂ ਨੂੰ ਪਤਾ, ਪਰ ਮੈਂ ਮਿਹਨਤ 'ਤੇ ਵਿਸ਼ਵਾਸ ਰੱਖਿਆ, ਮੈਂ ਮਿਹਨਤ ਕਰੀ ਗਿਆ, ਮੈਂ ਕਦੀ ਸੋਚਿਆ ਨਹੀਂ ਸੀ ਮੈਂ ਇੱਥੇ ਆਵਾਂਗਾ, ਮੇਰੇ ਰੱਬ ਨੇ ਮੇਰੇ ਮੁਰਸ਼ਿਦ ਨੇ ਮੈਨੂੰ ਇੱਥੇ ਲਿਆਇਆ ਹੈ ਠੀਕ ਆ, ਕਦੀ ਸੋਚਿਆ ਹੀ ਨਹੀਂ ਸੀਗਾ, ਨਾ ਆਪਣੀ ਇੰਨੀ ਔਕਾਤ ਸੀ ਠੀਕ ਆ ਜੀ। ਸਭ ਨੂੰ ਪਤਾ ਮੇਰਾ ਬੈਕਗ੍ਰਾਉਂਡ ਹੈ ਨਾ, ਆਪਾਂ ਕਦੀ ਵੀ ਅੱਜ ਤੱਕ ਕਦੀ ਫੁਕਰੀ ਨਹੀਂ ਮਾਰੀ ਇੱਦਾਂ ਉੱਦਾਂ, ਜਦੋਂ ਅਸੀਂ ਆਪ ਦੀ ਕਮਾਈ ਨਾਲ ਸਭ ਕੁਛ ਕਰ ਲਾਂਗੇ, ਅਸੀਂ ਫੁਕਰੀ ਉਦੋਂ ਵੀ ਨਹੀਂ ਮਾਰਨੀ ਕਿਉਂਕਿ ਮੇਰਾ ਨੇਚਰ ਨਹੀਂ ਹੈਗਾ। ਬਾਕੀ ਠੀਕ ਆ, ਆਪਣੇ ਜਦੋਂ ਕਮਾ ਕੇ ਚੀਜ਼ਾਂ ਲੈਂਦਾ ਬੰਦੇ ਨੂੰ ਮਾਣ ਹੁੰਦਾ, ਹੋਣਾ ਵੀ ਕਿਉਂ ਨਹੀਂ ਚਾਹੀਦਾ, ਮਿਹਨਤ ਕਰਕੇ ਲੈਣੀ ਆ ਠੀਕ ਆ। ਅਤੇ ਬਾਕੀ ਦਵੋ ਇਜਾਜ਼ਤ, ਮਿਲਦੇ ਹਾਂ ਘੈਂਟ ਜੇ ਨਵੇਂ ਜੇ ਵਲੋਗ ਦੇ ਵਿੱਚ, ਅਤੇ ਜਿਹੜੀਆਂ ਮੈਂ ਗੱਲਾਂ ਕਹੀਆਂ ਤਾਂ ਜ਼ਰੂਰ ਗੌਰ ਕਰਿਓ ਠੀਕ ਆ। ਬਾਕੀ ਜੇ ਮੈਂ ਕਿਸੇ ਨੂੰ ਕੁਛ ਕਿਹਾ ਹੋਵੇ ਵੱਧ ਘੱਟ ਤਾਂ ਮਾਫ਼ ਕਰਿਓ। ਓਕੇ ਜੀ।